ਨਹੀਂ ਹਰ ਸਵਾਲ ਦਾ ਜਵਾਬ ਦਿੱਤਾ ਜਾਏ ਮਿੱਤਰ ਪਿਆਰੇ। ਜ਼ਰੂਰੀ ਨਹੀਂ ਹਰ ਸਵਾਲ ਦਾ ਜਵਾਬ ਦਿੱਤਾ ਜਾਏ ਮਿੱਤਰ ਪਿਆਰੇ। ਦੇਖੀਏ ਯੇ ਜੋ ਪ੍ਰਦੂਸ਼ਣ ਕੀ ਬਾਤ ਆਪ ਕਰ ਰਹੇ ਹੈਂ, ਯੇ ਏਕ ਜੁਟ ਹੋ ਕੇ ਟੈਕਲ ਕਰਨੇ ਵਾਲੀ ਬਾਤ ਹੈ। ਸੈਂਟਰਲ ਗਵਰਨਮੈਂਟ ਅਗਰ ਸਟੇਟ ਗਵਰਨਮੈਂਟਸ ਕੇ ਸਾਥ ਬੈਠ ਕੇ ਗੋਸ਼ਟੀ ਕਰੇ ਤੋ ਇਸ ਸਮੱਸਿਆ ਕਾ ਹੱਲ ਨਿਕਲ ਸਕਤਾ ਹੈ, ਲੇਕਿਨ ਏਕ ਦੂਸਰੇ ਪੇ ਉਂਗਲੀ ਉਠਾ ਕੇ ਯੇ ਨਹੀਂ ਹੋਗਾ, ਕਿਉਂਕਿ ਕਿਸਾਨੋ ਕੀ ਆਪਣੀ ਮਜਬੂਰੀਆਂ ਹੈ ਔਰ ਉਨ ਮਜਬੂਰੀਓ ਕੋ ਸਮਝਨੇ ਕੀ ਜ਼ਰੂਰਤ ਹੈ। ਔਰ ਫਿਊ ਬਰਡਨਸ ਆਰ ਹੈਵੀ ਵੈਨ ਐਵਰੀ ਵਨ ਲਿਫਟਸ। ਦੇਖੀਏ ਕਿਸਾਨ ਕਾ ਯੇ ਮਾਨਨਾ ਹੈ ਕਿ ਅਗਰ ਵੋ ਪਰਾਲੀ ਜਲਾਤਾ ਨਹੀਂ ਔਰ ਉਸੇ ਹਾਥੋਂ ਸੇ ਉਖਾੜ ਕੇ ਬਾਹਰ ਲਗਾਤਾ ਹੈ ਤੋ ਕਈ ਦਿਨ ਉਸੇ ਲਗਤੇ ਹੈ ਇਸ ਪ੍ਰੋਸੈਸ ਮੇ ਇਸ ਪ੍ਰਕਿਰਿਆ ਮੇ, ਔਰ ਅਗਰ ਦੋ ਤਿੰਨ ਹਫਤੇ ਉਸਕੀ ਅਗਲੀ ਫਸਲ ਹੋਣੇ ਕੇ ਲੀਏ ਵੋ ਡਿਲੇ ਹੋ ਜਾਤੀ ਹੈ ਤੋ ਉਸੇ ਬਹੁਤ ਨੁਕਸਾਨ ਹੋਤਾ ਹੈ, ਉਸੇ ਕੰਪਨਸੇਸ਼ਨ ਚਾਹੀਏ ਇਸ ਚੀਜ਼ ਕੇ ਲੀਏ। ਔਰ ਅਗਰ ਸੈਂਟਰ ਕੀ ਸਰਕਾਰ ਸਟੇਟਸ ਕੇ ਸਾਥ ਬੈਠ ਕੇ ਕੋਈ ਐਸਾ ਮੈਕੇਨਿਜ਼ਮ ਬਣਾਏ ਕਿ ਵੋ ਕੰਪਨਸੇਸ਼ਨ ਦੀ ਜਾ ਸਕੇ, ਜਾਂ ਫਿਰ ਇੱਕ ਯੂਨੀਫਾਰਮ ਲਾਅ ਜਿਸਕੀ ਪ੍ਰਕਿਰਿਆ ਮੇ ਇਸਕੇ ਕੋਈ ਪ੍ਰੋਸੈਸ ਐਸਾ ਹੋ ਕਿ ਜੋ ਇਸਸੇ ਬਾਇਓਗੈਸ ਬਣ ਸਕੇ ਜਾਂ ਕੁਛ ਐਸੀ ਚੀਜ਼ ਸੈਂਟਰ ਕੀ ਸਰਕਾਰ ਲਾਏ ਜਾਂ ਸਟੇਟਸ ਇਕੱਠੇ ਹੋ ਕੇ ਕੋਈ ਸਾਂਝਾ ਪ੍ਰੋਗਰਾਮ ਯੂਨੀਫਾਰਮ ਪ੍ਰੋਗਰਾਮ ਲਾਏ ਤੋ ਯੇ ਸਮੱਸਿਆ ਕਾ ਹੱਲ ਹੋਤਾ ਹੈ। ਹਰ ਸਮੱਸਿਆ ਕਾ ਹੱਲ ਹੋਤਾ ਹੈ ਆਜ ਨਹੀਂ ਤੋ ਕੱਲ ਹੋਤਾ ਹੈ।